माननीय अडानी वाली सरकार मुर्दाबाद। केंद्र सरकार वालों लियाए गए खेती बिलों के विरोध में पंजाब ही नहीं सगों होर राज्यों भी रेलवे ट्रैक पर किसान धरने लगा के बैठे ने अते केंद्र सरकार खिलाफ़ अपना रोस प्रदर्शन कर रहे हैं। उस तहत अज नवांशहर भी किरती किसान यूनियन अते भारतीय किसान जथेबंदियों वालों रिलायंस कंपनी के समार्ट स्टोर नूं पूर्ण तौर पर अणमिथे समय लिए बंद कर दिता है, जिस विच भारी गिणती च किसानां अते औरतां ने शमूलियत की। करोना तो कोई खतरा नहीं, असी कोई नहीं आ लैके आउंदे मूहां नूं नहीं बंदे, क्योंकि असी अपनी आवाज़ उलझाणी आ लोकां दे विच। सानू मोदी तो खतरा आ, मोदी ने सानू घरां च रख के मार देना सीगा जे असी बाहर ना निकलदे। उन्हें तो प्लैन कर ले सी लोकां नूं डरा के अंदर च वार दो ते असी जिहड़े कानून लागू कर देईए। सो सब नाल वड्डी ते भैड़ी बीमारी आ भारतीय जनता पार्टी जिहड़े सेंटर च आ के बैठी आ। किसानां दे नाल हर वेले खेतां च कम करन वालियां औरतां आ, तो साडा जीवन फिर किसानां दे नाल ही आ। ये जिहड़ियां नीतियां मनमोहन सिंह ने लियानियां सी जब वित्त मंत्री बनिया सी 90-91 विच, जिहड़ा गैर समझौता सी वर्ल्ड बैंक नाल समझौते सी, उस वेले उहदी बहुत सहमति है ना सी, हुण डरदे ने कीते नहीं। तो हुण जद मोदी सरकार पिछली बारी आई सरकार विच तो उहदा बहुती है ना सी बहुत सहमति, इस बारी आई बहुत सहमति। उन्हें इदां दे साडे लई कानून बनाते अडानियां अडवानियां नूं इन्हां नूं देता सारा कुछ कि आ जिहड़ियां मंडियां आ इह सारियां तुसीं समझो। उन्हां नूं जिहड़ी जिम्मेवारियां उह तो सरकारां पिछे नूं हथ खिच रहियां ते लोकां दे उत्ते इह काले कानून थोप रहियां। मोदी दा की हक आ जां सानूं इह कानून नहीं चाहीदे उह क्यों साडे ते ठोपदा आ, उह सानूं दिल्ली नाल बन्ह के क्यों रखदा, जो साडे पंजाब दे किसानां मजदूरां नूं चंगा लगदा आ ਉਹ ਸਾਨੂੰ ਸਾਰੇ ਸਮਾਜ ਨੂੰ ਚੰਗਾ ਲੱਗਦਾ। ਜੇ ਮੋਦੀ ਇੱਦਾਂ ਦੀਆਂ ਗੱਲਾਂ ਕਰਦਾ ਆ ਕਿ ਮੈਂ ਜੋ ਲਾਗੂ ਕਰ ਦਿੱਤਾ ਤਾਂ ਉਹੀ ਹੋਣਾ, ਇਹ ਹੋ ਹੀ ਨਹੀਂ ਸਕਦਾ। ਇਹ ਪੰਜਾਬ ਦੇ ਲੋਕ ਆ, ਇਹ ਕਿਤੇ ਨੇੜੇ ਨਹੀਂ ਖੜੇ। ਆਖਰੀ ਦਮ ਤੱਕ ਲੋਕ ਸਾਰੇ ਲੜਨਗੇ, ਇਹ ਲੰਬਾ ਸੰਘਰਸ਼ ਹੋਊਗਾ ਅਤੇ ਅਸੀਂ ਕਰਨ ਦੇ ਲਈ ਤਿਆਰ ਹਾਂ। ਇਹਦਾ ਸਭ ਤੋਂ ਮਾਰੂ ਜਿਹੜਾ ਸਿੱਟਾ ਸਾਡੇ ਔਰਤਾਂ 'ਤੇ ਪੈਣਾ। ਸਾਨੂੰ ਤਾਂ ਔਰਤਾਂ ਨੂੰ ਅੱਗੇ ਹੀ ਕੰਮ ਹੈ ਨੇ, ਅਸੀਂ ਜਿਹੜੇ ਪਸ਼ੂ ਪਾਲ ਕੇ ਜਾਂ ਅਸੀਂ ਖੇਤਾਂ ਦਾ ਕਿਸਾਨਾਂ ਨਾਲ ਕੰਮ ਕਰਦੀਆਂ ਅਤੇ ਸਾਨੂੰ ਮਜ਼ਦੂਰੀ ਕਿੱਥੋਂ ਮਿਲਣੀ ਆ? ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲਣੀ, ਜਾਂ ਕਿਸਾਨ ਵਿਹਲੇ ਹੋ ਕੇ ਮਜ਼ਦੂਰ ਮਿਲ ਜਾਣੇ ਆ ਉਹ ਕਿੱਥੇ ਜਾਣਗੇ? ਤਾਂ ਅਮਰਿੰਦਰ ਸਿੰਘ ਦੀ ਗੱਲ ਆ, ਇਹਨਾਂ ਦੇ ਕਾਰੋਬਾਰ 'ਚ ਵੱਡੇ ਵੱਡੇ ਹਿੱਸੇ ਆ। ਉਹੀ ਵਿੱਤ ਮੰਤਰੀ ਜਿਹੜਾ ਜੁਲਾਈ ਦੇ ਵਿੱਚ 2019 ਦੇ ਵਿੱਚ ਜਾ ਕੇ ਆਉਂਦਾ ਬੰਬੇ, ਉਹ 'ਤੇ ਸਾਈਨ ਕਰਕੇ ਆਉਂਦਾ, ਲੋਕਾਂ ਨੂੰ ਦੱਸਿਆ ਨਹੀਂ ਜਾਂਦਾ। ਅਤੇ ਇੱਦਾਂ ਹੀ ਹਰਸਿਮਰਤ ਕੌਰ ਲਗਾਤਾਰ ਇਹ ਕਹੀ ਗਈ ਜੀ ਤਾਂ ਬਹੁਤ ਚੰਗੇ ਬਹੁਤ ਚੰਗੇ ਆ। ਜਾਂ ਕਿਸਾਨ ਆਪਣੇ ਤੌਰ 'ਤੇ ਸੜਕਾਂ 'ਤੇ ਆ ਗਏ, 3-4 ਮਹੀਨੇ ਤੋਂ ਅਸੀਂ ਤੁਰੇ ਹੋਏ ਹਾਂ ਲੋਕ, ਫਿਰ ਇਹਨੂੰ ਪਤਾ ਮੈਨੂੰ ਹੁਣ ਵੋਟਾਂ ਨਹੀਂ ਮਿਲਣੀਆਂ, ਇਹ ਤਾਂ ਵੋਟਾਂ ਦੇ ਡੱਬੇ ਭਰਾਉਣ ਨੂੰ ਤੁਰੇ ਹੋਏ ਆ। ਹੁਣ ਮੋਦੀ ਸਰਕਾਰ ਨੇ ਕੀ ਕੀਤਾ? ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਵਿੱਚ ਭੇਜਿਆ ਜਾ ਰਿਹਾ ਵੀ ਕਿਸਾਨਾਂ ਨੂੰ ਸਮਝਾਓ, ਉਹਨਾਂ ਲਈ ਚੰਗੇ ਇਹ ਕਾਨੂੰਨ ਆ। ਜਦ ਉਹ ਸਾਨੂੰ ਕੀ ਸਮਝਾਊਗਾ? ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ, ਬੈਠਣ ਸਾਡੇ ਕੋਲ ਵੀ ਇਹ ਕਾਨੂੰਨ ਕੀ ਆ। ਉਹਨਾਂ ਨੇ ਕਦੇ ਝੋਨਾ ਨਾ ਦੇਖਿਆ, ਉਹਨੇ ਕਣਕਾਂ ਨਾ ਦੇਖੀਆਂ, ਉਹਨੇ ਖੇਤਾਂ 'ਚ ਨਹੀਂ ਆਏ। ਅਸੀਂ ਰਾਤ ਦਿਨ ਖੇਤਾਂ ਦੇ ਵਿੱਚ ਜਾ ਕੇ ਫਿਰਦੇ ਹਾਂ, ਗੋਡੇ ਗੋਡੇ ਪਾਣੀਆਂ ਵੀ ਸਾਡੀਆਂ ਤੀਵੀਆਂ ਉਹਦੇ ਵਿੱਚ ਕੱਖ ਪੱਟਦੀਆਂ, ਉਹ 'ਚ ਸਾਡੇ ਬੰਦੇ ਦਵਾਈਆਂ ਸਿਰਦੇ ਆ। ਅਸੀਂ ਰਾਤ ਦਿਨ ਖੇਤਾਂ 'ਚ ਲੈ ਕੇ ਜਾਂਦੀਆਂ ਉਹਨਾਂ ਦੀਆਂ ਰੋਟੀਆਂ ਚਾਹਾਂ ਪਾਣੀ। ਸੋ ਇਹ ਸਾਨੂੰ ਪੁੱਛਣ, ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ। ਅਸੀਂ ਮਾਈ ਭਾਗੋ ਘਰ ਘਰ ਵਿੱਚ ਉਹਦੀਆਂ ਵਾਰਸ ਜੰਮਾਂਗੇ, ਹਰ ਔਰਤ ਮਾਈ ਭਾਗੋ ਬਣੂਗੀ। ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੋਂ ਮੋਹਰੇ ਹੋ ਕੇ ਲੜਾਂਗੇ ਅਤੇ ਮਰਾਂਗੇ। ਆਹ ਸਾਡੀਆਂ ਜ਼ਮੀਨਾਂ ਵੀ ਇਹੀ ਲੈ ਕੇ ਚੱਲਿਆ ਅਤੇ ਅਸੀਂ ਤਾਂ ਨਹੀਂ ਪੰਜਾਬ ਦੇ ਲੋਕ ਇੱਦਾਂ ਕਰ ਸਕਦੇ। ਅਸੀਂ ਤਾਂ ਮਰਾਂਗੇ, ਡੰਗ ਚੱਕਾਂਗੇ, ਸਾਰੀਆਂ ਔਰਤਾਂ ਮਾਈ ਭਾਗੋ ਬਣਨਗੀਆਂ, ਤੁਰਾਂਗੇ ਜੀ ਸੰਘਰਸ਼ ਦੇ ਵਿੱਚ ਆਖਰੀ ਸਾਹ ਤੱਕ ਤੁਰਾਂਗੇ। ਨੀਤੀਆਂ ਦਾ ਇਸ ਕਰਕੇ ਵਿਰੋਧ ਕਰਦੇ ਹਾਂ ਕਿ ਜਿਹੜੀ ਸਾਡੀ ਪੰਜਾਬ ਦੀ ਕਿਸਾਨੀ ਹੈ ਉਹ ਸਾਰੀ ਖੇਤੀ ਕਿੱਤੇ ਦੇ ਨਾਲ ਜੁੜੀ ਹੋਈ ਆ। ਖੇਤੀ ਕਿੱਤੇ ਨੂੰ ਇਹਨਾਂ ਨੇ ਤਬਾਹ ਕਰਕੇ ਕਾਰਪੋਰੇਟਾਂ ਦੇ ਘਰਾਣਿਆਂ ਦੇ ਹੱਥਾਂ 'ਚ ਦੇ ਦਿੱਤਾ ਹੈਗਾ। ਜਿਹੜੀ ਸਾਡੀ MSP ਸੀਗੀ, ਸਾਡੀਆਂ ਦੋ ਫਸਲਾਂ 'ਤੇ MSP ਸੀ, ਉਹ ਸਾਡੀ ਵਾਪਸ ਲੈ ਲਈ ਆ। ਔਰ ਮੰਡੀਕਰਨ ਨੂੰ ਇਹਨਾਂ ਨੇ ਭੰਗ ਕਰਕੇ ਸਾਰੇ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਛ ਦੇ ਦਿੱਤਾ। ਅਸੀਂ ਇਹਦਾ ਸਾਰੇ ਜਿਹੜੇ ਡਟ ਕੇ ਜਿਹੜਾ ਵਿਰੋਧ ਕਰਦੇ ਹਾਂ। ਇਹ ਨਾਲ ਤੁਹਾਨੂੰ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਵੀ ਜਿਹੜਾ ਅਸੀਂ ਰਿਲਾਇੰਸ ਦੇ ਨਾਲ ਸੰਬੰਧਿਤ BJP ਨਾਲ ਸੰਬੰਧਿਤ ਜੋ ਵੀ ਉਹਨਾਂ ਦਾ ਲੀਡਰ ਹੈ ਜਾਂ ਰਿਲਾਇੰਸ ਦੇ ਨਾਲ ਸੰਬੰਧਿਤ ਕੋਈ ਅਦਾਰਾ ਜਿੱਥੋਂ ਉਹਨਾਂ ਨੂੰ ਆਮਦਨ ਹੋ ਰਹੀ ਆ, ਜਿੰਨਾ ਚਿਰ ਸਾਡੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਉਨਾ ਚਿਰ ਇਹਨਾਂ ਨੂੰ ਘੇਰ ਕੇ ਰੱਖਾਂਗੇ। ਸਿਰਫ ਕਲਰਕ ਸੀਗੇ ਉਹਨਾਂ ਦੇ IAS ਅਫਸਰ ਸੀਗੇ, ਉਹ ਮਜ਼ਾਕ ਕੀਤਾ ਕੁਝ ਆ, ਔਰ ਆਉਣ ਵਾਲੇ ਸਮੇਂ 'ਚ ਅਸੀਂ ਕਿਸਾਨ ਜਿਹੜੇ ਆ ਉਹਨਾਂ ਨੂੰ ਜਵਾਬ ਦੇਵਾਂਗੇ। ਹਾਂ, EG ਦੇ ਦਿਓ, ਵੀ ਕੱਲ੍ਹ ਦਿਓ, ਅਸੀਂ ਬੰਦ ਕਰਾਂਗੇ ਅਤੇ ਨਾਲ ਲੱਗਦੇ ਜਿੰਨੇ ਟੋਲ ਪਲਾਜ਼ੇ ਆ ਉਹ ਸਾਰੇ ਬੰਦ ਆ ਨਵੇਂ ਸ਼ਹਿਰ ਦੇ ਵਿੱਚ।
वो बिल्कुल उत्थे नाके लगे वो पक्के किसानां दे ते वो भी नाल दी नाल चलणगे ये नाका भी नाल दी नाल चलूगा होर जिहड़े होर भी सानूं लभणगे इहनां दे इदारे जां इहनां दे प्रधानां दे घर अहीं उत्थे भी जावांगे। हाँ जी अज्ज असीं सिर्फ जिहड़ा नाटकां दा प्रोग्राम है मानवता कला मंच वाले आ वो नाटक भी करनगे ते कोरियोग्राफियां करनगे कलाकारां दे सानूं फोन आ रहे आ जिन्ने क अज्ज भी आणगे उहदा कुछ ते उहनां ने कल नूं भी आणा आ। लोग सानूं बड़े डिमांड कर रहे आ जी लोग कहिंदे शराब दे ठेके बंद करा दिओ जिन्ना प्रैशर पऊगा सरकार ते जिहनूं भी बंद करना पऊगा लोगों के सहयोग नाल असीं सब कुछ बंद करावांगे।